ਕੋਈ ਨਹੀਂ ਤੇ ਕੌਣ ਹੈ ਜਿਹੜਾ ਸਾਨੂੰ ਰੁਪਏ ਪੈਸੇ ਦੇਵੇਗਾ ਦਾਈਆਂ ਇਹ ਸੁਣ ਕੇ ਤੇ ਛੱਡ ਜਾਂਦੀਆਂ ਨੇ ਇੱਕ ਦਾਈ ਨੇ ਥੋੜੀ ਜੀ ਹਿੰਮਤ ਕੀਤੀ ਤੇ ਦਿਲੰਦਾਜ਼ ਨਾਲਿੰਜ ਕਰਕੇ ਆਂਦੀ ਏ ਨੀ ਚੱਲ ਖਲੀ ਮਾਂ ਵੇਖਿਆ ਇਹ ਆਮਿਨਾ ਦੇ ਘਰ ਜੁਲਾ ਲਿਆਏ ਨੈਣ ਸੋਹਣੇ ਸੋਹਣਾ ਮੁਖੜਾ ਸਜ ਕੇ ਸੋਹਣ ਨਾ ਕਮਾਲ ਆਏ ਚਲ ਖਲੀਮਾ ਵੇਖ ਆਏ ਆmina ਦੇ ਘਰ ਜੋ ਲਾ ਲਿਆਏ ਤੇ ਹਜ਼ਰਤ ਅਲੀ ਮਾਸਾ ਦੀਆ ਨਬੀ ਪਾਕ ਨੂੰ ਲੈ ਕਰਕੇ ਜਦੋਂ ਆਪਣੇ ਕਬੀਲੇ ਦੇ ਅੰਦਰ ਪਹੁੰਚੀਆਂ ਨੇ ਤੇ ਜਨਾਬ ਉਥੇ ਦਾਈਆਂ ਦੇ ਅੰਦਾਜ਼ ਕੀ ਨੇ ਉਥੇ ਦਾਈਆਂ ਪਤਾ ਕੀ ਆਂਦੀਆਂ ਨੇ ਨੀ ਹਲੀ ਮਾਸਾ ਦੀਆ ਇਤਨਾ ਪਿਆਰਾ ਬੱਚਾ ਲੈ ਕੇ ਆਈਏ ਹਰ ਪਾਸੇ ਨਬੀ ਪਾਕ ਦੀ ਆਮਦ ਦੇ ਚਰਚੇ ਨੇ ਹਰ ਪਾਸੇ ਨਬੀ ਪਾਕ ਦੀ ਆਮਦ ਦੇ ਚਰਚੇ ਅੰਦਾਜ਼ ਕੀਏ ਨੀ ਆਇਆ ਇੱਕ ਲਾਲ ਸਾਦੀਆ ਦੇ ਘਰ ਵੇਖਣ ਤੇ ਚੱਲੀਏ ਓ ਮੇਰੇ ਨਾਲ ਸਾਦਿਆ ਦੇ ਘਰ ਵੇਖਣ ਤੇ ਚੱਲੀ ਏ ਆਇਆ ਇਕ ਲਾਲ ਸਾਦਿਆ ਦੇ ਘਰ ਵੇਖਣ ਤੇ ਚੱਲੀ ਏ ਨੀ ਸੁਣਿਆ ਏ ਹੱਸਦਾ ਤੇ ਦਿਨ ਚੜ ਜਾਂਦਾ ਏ ਨੀ ਸੁਣਿਆ ਏ ਹੱਸਦਾ ਤੇ ਦਿਨ ਚੜ ਜਾਂਦਾ ਏ ਉਂਗਲੀ ਉਠਾ ਕੇ ਪਿਆ ਚੰਨ ਨੂੰ ਹਿਲਾਉਂਦਾ ਏ ਇਹ ਸਭ ਜਮਾਲ ਇਹ ਸਭ ਕਮਾਲ ਸਾਦਿਆ ਦੇ ਘਰ ਵੇਖਣ ਤੇ ਚੱਲੀ ਏ ਆਓ ਮੇਰੇ ਨਾਲ ਸਾਦਿਆ ਦੇ ਘਰ ਵੇਕਣ ਤੇ ਚੱਲੀ ਏ ਅਗੋ ਪਤਾ ਦਾਈਆਂ ਕੀ ਆਂਦੀਆਂ ਨੇ ਨਹੀਂ ਸੁਣਿਆ ਹੁਣ ਤੇ ਉਹ ਪੈਸਾ ਵੀ ਨਹੀਂ ਗਾਲਦੀ ਪੈਸਾ ਕਿਵੇਂ ਜ਼ਾਇਆ ਕਰਨਾ ਸੀ ਪੈਸਾ ਕਿਵੇਂ ਖਰਚ ਕਰਨਾ ਸੀ ਹੁਣ ਤੇ ਨਬੀ پاک ਘਰ ਅੰਦਰ ਤੇ ਸ਼ਰੀਫ ਲੈ ਆਏ ਨੇ ਤੇ ਅੱਲਾਹ ਤਾਲਾ ਨੇ ਸਾਰੀਆਂ ਲੋੜਾਂ ਥੋੜਾਂ ਪੂਰੀਆਂ ਕਰ ਛੜੀਆਂ ਨੇ ਨਹੀਂ ਸੁਣਿਆ ਹੁਣ ਤੇ ਉਹ ਪੈਸਾ ਵੀ ਨਹੀਂ ਗਾਲਦੀ ਪਤਾ ਕਰੋ ਹੁਣ ਤੇ ਉਹ ਦੀਵਾ ਵੀ ਨਹੀਂ ਗਾਲਦੀ ਨਵੀ ਪਾ ਵੇ ਰੁਖਸਾਰਾਂ ਦੀਆਂ ਰੋਸ਼ਣੀਆਂ ਨਹੀਂ ਸੁਣਿਆ ਹੁਣ ਤੇ ਉਹ ਪੈਸਾ ਵੀ ਨਹੀਂ ਗਾਲਦੀ ਪਤਾ ਕਰੋ ਹੁਣ ਤੇ ਉਹ ਦੀਵਾ ਵੀ ਨਹੀਂ ਬਾਲਦੀ ਇਹ ਸਭ ਜਮਾਲ ਇਹ ਸਭ ਕਮਾਲ ਸਾਦੀਆ ਦੇ ਘਰ ਵੇਖਣ ਤੇ ਚੱਲੀ ਏ ਓ ਮੇਰੇ ਨਾਲ ਸਾਦੀਆ ਦੇ ਘਰ ਵੇਖਣ ਤੇ ਚੱਲੀ ਤੇ ਸ਼ਾ

ਕਰ ਅਗਰ ਤੂੰ ਕਿਸੇ ਦੀ ਫਰਮਾ ਬਰਦਾਰੀ ਕਰੇ ਜਾਂ ਨਾ ਕਰੇ ਤੈਨੂੰ ਕਿਆਮਤ ਨੂੰ ਕੋਈ ਪੁੱਛਿਆ ਨਹੀਂ ਜਾਏਗਾ ਲੇਕਿਨ ਜਨਾਬ ਅਗਰ ਨਬੀ ਪਾਕ ਦੀ ਨਾ ਫਰਮਾਨੀ ਹੋ ਗਈ ਅਗਰ ਨਬੀ ਪਾਕ ਦੀ ਨਾ ਫਰਮਾਨੀ ਹੋ ਗਈ ਅਗਰ ਨਬੀ ਪਾਕ ਦੀ ਤੂੰ ਜਾਣ ਬੁੱਝ ਕੇ ਤਾਤ ਨਾ ਕੀਤੀ ਤੇ ਤੈਨੂੰ ਕਿਆਮਤ ਵਾਲੇ ਦਿਨ ਪੁੱਛਿਆ ਜਾਏਗਾ ਇਸ ਵਾਸਤੇ ਸੋਹਣਿਆ ਇੱਕ ਪਾਸੇ ਸਾਰੇ ਜਹਾਨ ਦੀਆਂ ਗੱਲਾਂ ਹੋਵਣ ਇੱਕ ਪਾਸੇ ਮੇਰੇ ਪੈਗੰਬਰ ਦੀ ਗੱਲ ਹੋਵੇ ਓਏ ਸਾਰੇ ਜਹਾਨ ਦੀ ਗੱਲ ਨੂੰ ਛੱਡਣਾ ਚਾਹੀਦਾ ਏ ਮੁਸਫਾ ਦੀ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ ਇਹ ਹੀ ਮੁਸਲਮਾਨ ਦੀ ਸ਼ਾਨ ਏ ਇਹ ਹੀ ਮੁਸਲਮਾਨ ਦੀ ਅਜ਼ਮਤ ਏ ਬਹਾਰਾਂ ਗੱਲੇ ਵੇ ਹੁਣ ਗਰਮੀ ਬੜੀ ਏ ਮੈਨੂੰ ਪਸੀਨਾ ਆਂਦਾ ਪਿਆਏ ਸ਼ਾਨ ਤੇ ਨਬੀ پاک ਦੀ ਓਏ ਸੋਹਣਿਆ ਦਿਨ ਗੁਜ਼ਰ ਜਾਣ ਰਾਤਾਂ ਗੁਜ਼ਰ ਜਾਣ ਸਦੀਆਂ ਗੁਜ਼ਰ ਜਾਣ ਅੱਲਾ ਅੱਲਾ ਨਬੀ پاک ਦੀ ਅਜ਼ਮਤ ਤੇ ਸ਼ਾਨਦਾਰ ਇੱਕ ਪਹਿਲੋ ਵੀ ਮੁਕੰਮਲ ਨਹੀਂ ਹੋ ਸਕਦਾ ਇਸ ਵਾਸਤੇ ਬਸ ਮੈਂ ऐसे एक कि अल्लाह ने कुराने पाक फरमायाबालमीन अल्ला अल्लात सारी कैनात दर अबलामीन सारी कैनात नालने तो नबी पाक दे बारे आखियाम का इलाहमत आमीन अपने आपकमी दुआ करो अल्लाह दिन क्यामत मत हो नबी पाक कौसर हाजरी नसीब फरमाए नबी पाक दे नरम नरम रेशम जैसे मलायम हथा चो अल्लाह पाक हौजे कौशर दे जाम नसीब फरमाए और बेच जनता दे अल्लाह ताला नबी पाक का साथ नसीब फरमाए अल्लाह ख्वाब अंदर नबी पाक दी ज़ियारत नसीब फरमाए अल्लाह मक्के सैर करा दे अल्लाह जिथे ते तेरा नबी पाक सोना महबूब लेट है मदीनाए पाक दी सैर करा दे अला को दुआ है जिन्ना वीर ने मेरी वीडियो देखे है अल्लाह उन्हें सारिया रिजक अंदर उम्र अंदर सेहत अंदर अमल अंदर खैर वरकत ता फरमाए और जिन्ना वीर ने इस वीडियो वेख लिया चैनल सबसक्राइब कर ਇਹ ਪਤਾ ਚੱਲੇ ਕਿ ਵਾਕਈ ਕੋਈ ਨਬੀ ਪਾਕ ਦੀ ਸ਼ਾਨ ਦੇ ਉੱਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਵੈਸੇ ਤੇ ਲੋਕ ਦੁਨੀਆਦਾਰਾਂ ਦੀਆਂ ਗੱਲਾਂ ਸੁਣ ਕੇ ਚੈਨਲ ਸਬਸਕ੍ਰਾਈਬ ਕਰਦੇ ਕਮੈਂਟ ਕਰਦੇ ਬੜਾ ਕੁਝ ਕਰਦੇ ਤੇ ਤੁਸੀਂ ਇਹ ਕਮੈਂਟ ਕਰਨਾ ਕਿ ਅਸੀਂ ਨਬੀ ਪਾਕ ਅਲੈ ਸਲਾਤੁ ਵਸਲਮ ਦੇ ਨਾਲ ਪਿਆਰ ਮੁਹੱਬਤ عقیدਤ ਉਲਫਤ ਰੱਖਣ ਵਾਲੇ ਨਬੀ ਪਾਕ ਦੇ ਸੱਚੇ ਗੁਲਾਮਾਂ ਅੱਲਾ ਮੇਰੀ ਔਰ ਤੁਸਾਂ ਦੀ ਦੁਨੀਆ ਔਰ ਆਖਰਤ ਨੂੰ ਬਿਹਤਰ ਬਣਾਏ ਵਾ ਆਖਿਰੁ ਦਾਵਾਨਾ ਅਲ ਹਮਦੁ ਲਿਲਲਾਹ ਰਬਿਲ ਆਲਮ